ਵੀਰੇ ਆਹ ਲਾਈਵ ਦਾ ਇੱਕ ਬਟਨ ਹੈ ਉਹਨੂੰ ਮਾਰੇ ਤਾਂ ਕਲਿੱਕ ਕਰ ਦੀ ਇੱਕ ਵਾਰੀ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਜਗਦੀਪ ਸਿੰਘ ਲਾਂਬਾ ਅਤੇ ਅੱਜ ਮੈਂ ਆਪਣੇ ਹੱਥ ਨਾਲ ਨਹੀਂ ਕਿਸੇ ਹੋਰ ਨੂੰ ਮੋਬਾਈਲ ਫੜਾ ਕੇ ਲਾਈਵ ਹੋਇਆ ਜੀ ਤੁਹਾਡੇ। ਕਹਿੰਦਾ ਨਾ ਜੀ ਟੀ ਵੀ ਦਾ ਹੁੰਦਾ ਗੌਰ 'ਚ ਦੇਖੀਏ, ਗੌਰ 'ਚ ਦੇਖੀਏ। ਨਾ ਜੇ ਤੇਰਾ ਟੀ ਵੀ ਚੈਨਲ ਚਲਾ ਹੀ ਲਿੱਤਾ ਤਾਂ ਹੁਣ ਗੌਰ ਨਾਲ ਹੀ ਦੇਖਣਾ ਕਿ ਹੁਣ ਅਸੀਂ ਅੱਖਾਂ ਬੰਦ ਕਰਕੇ ਕਿਤੇ ਹੋਰ ਬਹਿ ਜਾਂਗੇ। ਨਾਲੇ ਮੈਨੂੰ ਇੱਕ ਗੱਲ ਦਾ ਜਵਾਬ ਦੇ, ਜੇਕਰ ਇੰਨਾ ਆਪਾਂ ਗੌਰ ਨਾਲ ਦੇਖਣਾ ਵਿੱਚ ਅੱਖਾਂ ਵਾਲ ਲਈ ਤੇਰੇ ਚੈਨਲ ਦੇ, ਤੇਰੇ ਕੋਲ ਸਟੂਡੀਓ ਆ ਕੇ ਤੇਰੇ ਨਾਲ ਨਾ ਖੜ ਜਾਈਏ ਗੱਲਾਂ ਕਰਨ ਲਈ, ਵਿਆਹ ਹੁਣ ਦਿਖਾ ਕੀ ਦਿਖਾਣਾ ਗੌਰ ਨਾਲ। ਨਾਲੇ ਜੇਕਰ ਕੋਈ ਕਿਸੇ ਕੰਪਨੀ ਦਾ ਪਲਾਨ ਚੇਂਜ ਹੁੰਦਾ ਗੌਰ 'ਚ ਸੁਣੀਏ, ਧਿਆਨ ਸੁਣੀਏ ਯਾਰ। ਜੇਕਰ ਪਲਾਨ ਚੇਂਜ ਹੋਏਗਾ ਉਹ ਮੈਸੇਜ ਆ ਜਾਏਗਾ ਸਾਡੇ ਕੋਲ, ਸਾਨੂੰ ਕੰਪਨੀ ਵਾਲਿਆਂ ਦਾ ਫੋਨ ਆ ਜਾਂਦਾ ਜੀ ਆਹ ਪਲਾਨ ਨਵਾਂ ਤੁਸੀਂ ਲੈਣਾ, ਆਹ ਪਲਾਨ ਪੁਰਾਣਾ ਸੀ ਤੁਸੀਂ ਬਦਲ ਲਓ ਜੀ। ਕਿੱਦਾਂ ਦੀ ਗੱਲਾਂ ਕਰਦੇ ਹੋ, ਜਦ ਦੇਖੋ ਗੌਰ 'ਚ ਦੇਖੀਏ, ਗੌਰ 'ਚ ਦੇਖੀਏ ਕੀ ਦੇਖਣਾ ਗੌਰ ਨਾਲ। ਅੱਧੇ ਲੋਕਾਂ ਦਾ ਜ਼ੋਰ ਜ਼ੋਰ ਦੀ ਬੋਲਦੇ ਗੌਰ 'ਚ ਦੇਖੀਏ, ਗੌਰ 'ਚ ਦੇਖੀਏ, ਡਰਾ ਦਿੰਦਾ ਤੂੰ।